ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਨਹਿਰ ਦੇ ਕੰਢਿਓਂ ਡੀਐਸਪੀ ਦੀ ਲਾਸ਼ ਮਿਲੀ ਹੈ, ਜਿਸ ਦੇ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਡੀਐਸਪੀ ਦੀ ਲਾਸ਼ ਮਿਲੀ ਹੈ ਨਹਿਰ ਦੇ ਕੰਢੇ ਤੋਂ, ਜਿਸ ਦੇ ਕਾਰਨ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਤਾਂ ਡੀਐਸਪੀ ਦੇ ਉੱਤੇ ਕਿਹਾ ਜਾ ਰਿਹਾ ਕਿ ਫਾਇਰਿੰਗ ਦੇ ਇਲਜ਼ਾਮ ਲੱਗੇ ਸੀ, ਜੋ ਕਿ ਪੀਏਪੀ ਸੰਗਰੂਰ ਦੇ ਵਿੱਚ ਡੀਐਸਪੀ ਵਜੋਂ ਤੈਨਾਤ ਦੱਸਿਆ ਜਾ ਰਿਹਾ। ਬਸਤੀ ਬਾਬਾ ਖੇਲ ਇਲਾਕੇ ਦੇ ਵਿੱਚੋਂ ਡੀਐਸਪੀ ਦੀ ਲਾਸ਼ ਮਿਲੀ ਹੈ। ਤਾਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਡੀਐਸਪੀ ਦੀ ਲਾਸ਼ ਨਹਿਰ ਦੇ ਕੰਢਿਓਂ ਮਿਲੀ ਹੈ। ਕਿਹਾ ਜਾ ਰਿਹਾ ਕਿ ਇਸ ਡੀਐਸਪੀ ਦੇ ਉੱਤੇ ਫਾਇਰਿੰਗ ਕਰਨ ਦੇ ਇਲਜ਼ਾਮ ਲੱਗੇ ਸੀ, ਜੋ ਕਿ ਅਰਜੁਨ ਅਵਾਰਡੀ ਸੀ। ਤਾਂ ਵੱਡੀ ਖਬਰ ਹੈ, ਅਰਜੁਨ ਅਵਾਰਡੀ ਡੀਐਸਪੀ ਦਲਬੀਰ ਸਿੰਘ ਵਜੋਂ ਇਸਦੀ ਪਹਿਚਾਣ ਹੋਈ ਹੈ। ਉਸਦੀ ਲਾਸ਼ ਇੱਕ ਨਹਿਰ ਦੇ ਕੰਢਿਓਂ ਮਿਲੀ ਹੈ। ਲਾਸ਼ ਦੇ ਸਿਰ ਦੇ ਉੱਤੇ ਕਿਹਾ ਜਾ ਰਿਹਾ ਕਿ ਸੱਟਾਂ ਦੇ ਕਾਫੀ ਗੰਭੀਰ ਨਿਸ਼ਾਨ ਪਾਏ ਗਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਨਹਿਰ ਦੇ ਕੰਢਿਓਂ ਇੱਕ ਡੀਐਸਪੀ ਦੀ ਲਾਸ਼ ਮਿਲੀ ਹੈ। ਕਿਹਾ ਜਾ ਰਿਹਾ ਕਿ ਪੀਏਪੀ ਸੰਗਰੂਰ ਦੇ ਵਿੱਚ ਇਹ ਡੀਐਸਪੀ ਤੈਨਾਤ ਸੀ। ਦੱਸਿਆ ਜਾ ਰਿਹਾ ਕਿ ਮ੍ਰਿਤਕ ਡੀਐਸਪੀ ਦੀ ਕੁਝ ਸਮਾਂ ਪਹਿਲਾਂ ਜਲੰਧਰ 'ਚ ਇੱਕ ਪਿੰਡ ਵਾਲਿਆਂ ਨਾਲ ਲੜਾਈ ਹੋਈ ਸੀ, ਅਤੇ ਇਸ ਦੌਰਾਨ ਡੀਐਸਪੀ ਨੇ ਆਪਣੇ ਰਿਵਾਲਵਰ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਸੀ। ਹਾਲਾਂਕਿ ਬਾਅਦ ਦੇ ਵਿੱਚ ਪਿੰਡ ਵਾਲਿਆਂ ਨਾਲ ਡੀਐਸਪੀ ਦੀ ਸੁਲਾਹ ਹੋ ਗਈ ਸੀ। ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪੰਜਾਬ ਪੁਲਿਸ ਦੇ ਡੀਐਸਪੀ ਦੀ ਨਹਿਰ ਦੇ ਕੰਢਿਓਂ ਲਾਸ਼ ਮਿਲੀ ਹੈ, ਜਿਸ ਦੇ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ, ਸਵੇਰੇ 1:30-2 ਵਜੇ ਦੇ ਕਰੀਬ ਦੀ ਗੱਲ ਹੈ। ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ASI ਡਿਊਟੀ ਅਫਸਰ ਸੀ, ਉਹਨੂੰ ਇਤਲਾਹ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਬਸੀ ਬਾਬਾ ਖੇਲ ਜਿਹੜਾ ਹੈਗਾ ਪੁਲਿਸ ਵਾ ਉਹਦੇ ਨੇੜੇ ਪਈ ਹੈ। ਸੋ ਉੱਥੇ ਜਾ ਕੇ ਚੈੱਕ ਕੀਤਾ ਗਿਆ। ਜਦੋਂ ਮੌਕੇ 'ਤੇ ਡਿਊਟੀ ਅਫਸਰ ਪਹੁੰਚਿਆ ਤਾਂ SHO ਜਾ ਕੇ ਚੈੱਕ ਕੀਤਾ, ਤਾਂ ਉਹਦੇ ਵਿੱਚ ਕੋਈ ਹੈੱਡ ਇੰਜਰੀ ਜਿਹੜੀ ਹੈਗੀ ਆ ਉਹਨਾਂ ਦੇ ਸਿਰ 'ਤੇ ਸੀ। ਸੋ ਇਸ ਸੰਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਕੀ ਕਾਰਨ ਕੀ ਹੈ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਹ ਦਲਬੀਰ ਸਿੰਘ DSP ਸੀਗੇ, IRB ਰਾਡਾ ਕੁੱਠੀ ਪੋਸਟਰ ਸੀ। ਦਿਸ ਦਾ ਪਾਰਟ ਆਫ ਇਨਵੈਸਟੀਗੇਸ਼ਨ, ਅਤੇ ਉਹ ਹੁਣ ਚੈੱਕ ਕਰ ਰਹੇ ਹਾਂ ਅਸੀਂ ਸਾਰਾ ਪਤਾ ਵੀ ਕੀ ਕਾਰਨ ਕੀ ਹੈ, ਵੀ ਐਕਸੀਡੈਂਟ ਕਾਰਨ ਹੈ ਜਾਂ ਕੋਈ ਹੋਰ ਰੀਜ਼ਨ ਹੈ। ਐਕਸੀਡੈਂਟ ਹੁੰਦਾ, ਗੱਡੀ ਵੱਜਦੀ ਹੈ, ਗੱਡੀ ਤੋੜ ਟੁੱਟੀ ਜਾਂਦੀ ਹੈ, ਇੱਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅੰਸਰ ਵਾਲਾ? ਨਹੀਂ, ਫਿਲਹਾਲ ਕੁਛ ਕਹਿ ਨਹੀਂ ਸਕਦੇ, ਕਿਉਂਕਿ ਜਿਹੜੀ ਬੋਡੀ ਜੇ ਇਕੱਲਾ ਉਹਨਾਂ ਦੀ ਬੋਡੀ ਦੇ ਨੇੜੇ ਕੋਈ ਹੋਰ ਵਹੀਕਲ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਸੀ, ਲੇਕਿਨ ਇਹ ਹੁਣ ਤਰੀਕੇ ਤੋਂ ਫਾਈਂਡ ਆਊਟ ਕਰ ਰਹੇ ਹਾਂ ਅਸੀਂ। ਨਾਲ ਹੀ ਪਿੰਡ ਹੈ, ਬਸਤੀ ਬਾਬਾ ਖਾਲ ਦਾ ਨਾਲ ਹੀ ਪਿੰਡ ਹੈਗਾ ਇਹਨਾਂ ਦਾ, ਨੇੜੇ ਉਹ ਸਾਈਡ ਹੀ ਰਹਿੰਦੇ ਨੇ। ਨਹੀਂ, ਫੈਮਿਲੀ ਨਾਲ ਜੇ ਕੋਈ ਰਾਬਤਾ ਨਹੀਂ ਕਿਹਾ ਹੋ ਸਕਿਆ। ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ। ਉੱਥੇ ਕੋਈ CCTV ਕੈਮਰਿਆਂ ਦੇ ਵਿੱਚ ਕੁਛ ਆਇਆ? CCTV ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ। ਸੋ ਅਸੀਂ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ, ਲੇਕਿਨ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ।